ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਤੁਸੀਂ ਪੰਜਾਬ ਦੀ ਸਿਆਸਤ ਵਿੱਚ ਇਹ ਤਾਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਆਪਸ ਵਿੱਚ ਮਿਲਿਆ ਹੋਇਆ ਦੱਸਦੀਆਂ ਨੇ, ਪਰ ਅੱਜ ਅਸੀਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਹ ਬਿਆਨ ਸੁਣਾਉਣ ਜਾ ਰਹੇ ਹਾਂ ਜਿਸ ਵਿੱਚ ਮਹੇਸ਼ ਇੰਦਰ ਸਿੰਘ ਗਰੇਵਾਲ ਇਹ ਕਹਿ ਰਹੇ ਨੇ ਕਿ ਸਿਮਰਜੀਤ ਸਿੰਘ ਬੈਂਸ ਕਾਂਗਰਸ ਨੂੰ ਜਿਤਾਉਣ ਦੇ ਲਈ ਲੁਧਿਆਣੇ ਤੋਂ ਚੋਣ ਲੜਨ ਜਾ ਰਹੇ ਨੇ। ਕਾਂਗਰਸ ਦੀ ਇਹਨਾਂ ਦੀ ਪ੍ਰੈਜੈਂਸ ਸਿਰਫ ਕਾਂਗਰਸ ਦੀ ਵਿਕਟਰੀ ਨੂੰ ਫੈਸਿਲੀਟੇਟ ਕਰਾਉਣ ਲਈ ਆ, ਅਦਰਵਾਈਜ਼ ਇਹਨਾਂ ਦੀ ਅਚੀਵਮੈਂਟ ਕੋਈ ਨਹੀਂ। 2014 'ਚ ਵੀ ਬੈਂਸ ਖੜ੍ਹਾ ਬਿੱਟੂ ਨੂੰ ਜਿਤਾਉਣ ਲਈ, 2019 ਵਿੱਚ ਵੀ ਬੈਂਸ ਖੜ੍ਹਾ ਹੈ ਬਿੱਟੂ ਨੂੰ ਜਿਤਾਉਣ ਲਈ, ਅਤੇ ਇੱਥੇ ਵੀ ਹੁਣ ਜਿਹੜਾ ਅੜਿੱਕਾ ਸਿੰਘ ਪਾਇਆ ਹੈਗਾ ਸਿਰਫ ਇਹ ਕਾਂਗਰਸ ਦੀ ਵਿਕਟਰੀ 'ਚ ਹੈਲਪ ਕਰਨ ਦੇ ਲਈ ਅਟੈਂਪਟ ਆ ਉਹਨਾਂ ਦਾ। ਇਹ ਜੋ ਮਰਜ਼ੀ ਝੰਡਾ ਚੱਕੀ ਜਾਣ, ਇਹਨਾਂ ਦੀ ਇੱਕੋ ਇੱਕ ਅਚੀਵਮੈਂਟ ਹੈ ਕਿ ਐਂਟੀ ਕਾਂਗਰਸ ਵੋਟਰ ਨੂੰ ਸਪਲਿਟ ਕਰਕੇ ਕਾਂਗਰਸ ਨੂੰ ਫਾਇਦਾ ਦੇਣਾ। ਮੈਂ ਤਾਂ ਸਿਰਫ ਅਤੇ ਸਿਰਫ ਵੋਟਰਾਂ ਨੂੰ ਇੱਕੋ ਗੱਲ ਦੀ ਅਪੀਲ ਕਰਦਾ ਕਿ ਜਿਹੜੇ ਅਜ਼ਮਾਏ ਹੋਣ ਉਹਨਾਂ ਨੂੰ ਵਾਰ ਵਾਰ ਨਹੀਂ ਅਜ਼ਮਾਈਦਾ, ਉਹਨਾਂ ਦੀ ਪ੍ਰੈਜੈਂਸ ਆ ਇੱਥੇ ਜਿਹੜੀ ਕਿਸੇ ਅਚੀਵਮੈਂਟ ਲਈ ਨਹੀਂ, ਕਿਸੇ ਪੰਜਾਬ ਦੇ ਭਲੇ ਲਈ ਨਹੀਂ, ਕੋਈ ਸਮਾਜ ਵਿੱਚ ਸੁਧਾਰ ਲਈ ਨਹੀਂ, ਕੋਈ ਸਮਾਜ ਵਿੱਚ ਬੁਰਿਆਈ ਖਤਮ ਕਰਨ ਲਈ ਨਹੀਂ, ਕੇਵਲ ਅਤੇ ਕੇਵਲ ਦੇ ਆਰ ਵਰਕਿੰਗ ਐਟ ਦੀ ਚਾਂਸ ਆਫ ਕਾਂਗਰਸ। ਜਦੋਂ ਇਸ ਮਸਲੇ 'ਤੇ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਵੀ ਲਪੇਟੇ ਵਿੱਚ ਲੈ ਲਿਆ। ਸਿੱਧਾ ਮਤਲਬ ਹੁਣ ਕੋਈ ਇਹੋ ਜਿਹਾ ਮਤਲਬ ਉਹ ਯੰਤਰ ਜਿਹਾ ਤਾਂ ਹੈ ਨਹੀਂ ਹੁਣ ਕੀ ਹੋਣਾ ਅੱਗੇ, ਮਗਰ ਮੈਂ ਇਹਨਾਂ ਨੇ ਮੋਟੀ ਜਿਹੀ ਗੱਲ ਦੱਸੀ ਆ ਕਿ ਜੋ ਅਸੀਂ ਵਿਧਾਨ ਸਭਾ 'ਚ ਦੇਖਦੇ ਆਏ ਹਾਂ, ਇਹ ਜਿਹੜਾ ਫੁਲਕਾ ਸਾਹਿਬ ਦਾ ਅਸਤੀਫਾ, ਇਹ ਵੀ ਸੰਧੂ ਦਾ ਅਸਤੀਫਾ ਪ੍ਰਵਾਨ ਕਰਾਇਆ, ਔਰ ਜਿਹੜੀ ਉੱਥੇ ਗੀਟੀ ਮੀਟੀ ਵੱਜਦੀ ਹੈ ਨਾ, ਤੁਸੀਂ ਇੰਨੇ ਪੱਤਰਕਾਰ ਆ, ਤੁਹਾਨੂੰ ਸਭ ਦੀ ਪਤਾ ਕਿਹਦੀ ਕਿੱਥੇ ਲੱਗੀ ਆ। ਹੁਣ ਸਾਨੂੰ ਵਿਧਾਨ ਸਭਾ 'ਚ ਪਤਾ ਕਿਹਦੀ ਕਿੱਥੇ ਲੱਗੀ ਹੈ, ਕੌਣ ਕੀ ਕਰਦਾ। ਅਸਤੀਫਾ ਦੇ ਕੇ ਜਿਹੜੇ ਕਾਂਗਰਸ 'ਚ ਚਲੇ ਗਏ ਆ, ਨਿਰਮਲ ਸਿੰਘ ਮਾਨਸ਼ਾਹੀਆ ਸਾਹਿਬ ਜਾਂ ਆਪਣੇ ਰੋਪੜ ਵਾਲੇ, ਉਹ ਹਾਊਸ ਦੀ ਫਲੋਰ 'ਚੋਂ ਕਹਿੰਦੇ ਆ ਕਿ ਹੈ ਅਸੀਂ ਕਾਂਗਰਸੀ ਮਗਰ ਬੈਠਾਂਗੇ ਆਪ ਵਾਲੇ ਪਾਸੇ। ਦੱਸੋ ਇਹ ਕਿੱਡਾ ਡੈਮੋਕਰੇਸੀ ਦਾ ਮਰਡਰ। ਸੋ ਇਹ ਚੀਜ਼ਾਂ ਬੜੀਆਂ ਸਾਹਮਣੇ ਆਈਆਂ ਨੇ, ਔਰ ਜੋ ਇਹਨਾਂ ਦਾ ਪਿਆਰ ਹੈ ਤੁਹਾਨੂੰ ਵੀ ਪਤਾ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਅਯਾਲੇ ਦੇ ਘਰ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ, ਜਿੱਥੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਖਾਸ ਤੌਰ 'ਤੇ ਇਸ ਗੱਲ 'ਤੇ ਜ਼ੋਰ ਰੱਖਿਆ ਅਤੇ ਦਾਖਲ ਦੇ ਲੋਕਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਆਪ ਜਿੱਤਣ ਦੇ ਲਈ ਚੋਣ ਨਹੀਂ ਲੜਦਾ, ਇਸ ਕਰਕੇ ਉਸ ਨੂੰ ਵੋਟਾਂ ਨਾ ਪਾਇਆ ਕਰੋ, ਉਹ ਤਾਂ ਕਾਂਗਰਸ ਪਾਰਟੀ ਨੂੰ ਜਿਤਾਉਣ ਦੇ ਲਈ ਚੋਣ ਲੜ ਰਿਹਾ ਹੈ। ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ 2014 ਵਿੱਚ ਵੀ ਸਿਮਰਜੀਤ ਸਿੰਘ ਬੈਂਸ ਨੇ ਇੱਥੇ ਚੋਣ ਲੜੀ ਸੀ ਤਾਂ ਜੋ ਰਵਨੀਤ ਸਿੰਘ ਬਿੱਟੂ ਨੂੰ ਜਿਤਾਇਆ ਜਾ ਸਕੇ। 2019 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਸਿਮਰਜੀਤ ਸਿੰਘ ਬੈਂਸ ਅਵਰੀਤ ਸਿੰਘ ਬਿੱਟੂ ਨੂੰ ਜਿਤਾਉਣ ਦੇ ਲਈ ਹੀ ਲੜੇ ਸਨ। ਦਾਖੇ ਦੇ ਵਿੱਚ ਜੋ ਚੋਣ ਹੋ ਰਹੀ ਹੈ ਉੱਥੇ ਵੀ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਪਾਰਟੀ ਵੱਲੋਂ ਸੁਖਦੇਵ ਸਿੰਘ ਚੱਕ ਨੂੰ ਉਮੀਦਵਾਰ ਬਣਾਇਆ ਹੋਇਆ ਅਤੇ ਲੋਕਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਬੈਂਸ ਨੂੰ ਹੀ ਵੋਟ ਪਾ ਰਹੇ ਹੋ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਦਾਖੇ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਸਿਮਰਜੀਤ ਸਿੰਘ ਬੈਂਸ ਨੂੰ ਵੋਟਾਂ ਨਾ ਪਾਓ। ਹੁਣ ਇਸ ਵਾਲੇ ਸਾਰੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਕਿ ਕੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਬਿਆਨ ਨਾਲ ਸਹਿਮਤ ਹੋ ਜਾਂ ਨਹੀਂ, ਇਸ ਬਾਰੇ ਤੁਹਾਡੇ ਜੋ ਵਿਚਾਰ ਨੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ, ਅਤੇ ਨਾਲ ਹੀ ਪੰਜਾਬ ਦੀਆਂ ਤਾਜ਼ਾ ਖਬਰਾਂ ਨੂੰ ਜਾਣਨ ਦੇ ਲਈ ਸਾਡੇ ਯੂਟਿਊਬ ਚੈਨਲ ਰੇਜ਼ਿੰਗ ਵੌਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਦਬਾਉਣਾ ਨਾ ਭੁੱਲੋ। ਮੈਂ ਗੁਰਦੀਪ ਸਿੰਘ ਫਿਰ ਹਾਜ਼ਰ ਹੋਵਾਂਗਾ, ਤੁਸੀਂ ਬਣੇ ਹੋ ਰੇਜ਼ਿੰਗ ਵੌਇਸ ਦੇ ਨਾਲ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।